ਕਾਰ ਮੂਰਤਿ ਅਯੁਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਗੁਰੂ ਦੇ ਦਰਸ਼ਨ ਸਾਧ ਸੰਗਤ ਦੇ ਦਰਸ਼ਨ ਵਡਭਾਗੀ ਦਰਸ਼ਨ ਦੋ ਚਾਰ ਮਿੰਟ ਹੀ ਹਾਜ਼ਰੀ ਭਰਾਂਗੇ ਅੱਜ ਦੰਦਾਂ ਦਾ ਕੰਮ ਕਰਾਇਆ ਸੀ ਅਤੇ ਡਾਕਟਰ ਨੇ ਮਨ੍ਹਾ ਕੀਤਾ ਸੀ ਇਸ ਕਰਕੇ ਉੱਥੇ ਟਾਈਮ ਬਹੁਤ ਲੱਗ ਗਿਆ ਤਿੰਨ ਚਾਰ ਦੰਦਾਂ ਦਾ ਉਹਨਾਂ ਨੇ ਕੱਢ ਕੇ ਫਿਰ ਉੱਥੇ ਨੜ ਨੁੜ ਜੇ ਲਾ ਕੇ ਅਤੇ ਟਾਂਕੇ ਟੂੰਕੇ ਵੀ ਲਾਉਣੇ ਪੈਂਦੇ ਉਹਨਾਂ ਨੂੰ ਫਿਰ ਉਹਨਾਂ ਦਾ ਹੁੰਦਾ ਵੀ ਥੋੜ੍ਹਾ ਜਿਹਾ ਪਰਹੇਜ਼ ਰੱਖਣਾ ਹੈ ਮੈਂ ਕਿਹਾ ਵੀ ਅਸੀਂ ਤੁਹਾਡੇ ਅੱਗੇ ਤਾਂ ਸੱਤ ਵਜਨ ਕਹਿ ਦਿੰਦੇ ਹਾਂ ਪਰ ਸਮਾਂ ਹੀ ਦੱਸੇਗਾ ਫਿਰ ਉੱਥੇ ਹਾਜ਼ਰ ਦੋ ਤਿੰਨ ਘੰਟੇ ਆਰਾਮ ਕਰਕੇ ਇੱਕ ਵਜੇ ਉੱਠ ਕੇ ਆਈਸਕ੍ਰੀਮ ਖਾ ਕੇ ਇਸ਼ਨਾਨ ਕਰਕੇ ਫਿਰ ਤੁਹਾਡੇ ਚਰਨਾਂ 'ਚ ਪਹੁੰਚ ਗਏ ਡੇਢ ਵਜੇ ਤੁਰ ਕੇ ਇੰਨਾ ਸੀ ਕਿ ਸੰਗਤ ਵਿੱਚ ਹਾਜ਼ਰੀ ਲੱਗ ਜਾ ਗੁਰੂ ਸਾਹਿਬ ਨੇ ਕਿਹਾ ਇੱਕ ਘੜੀ ਆਧੀ ਘੜੀ ਆਧੀ ਹੂੰ ਤੇ ਆਦਿ ਭਗਤਨ ਸੇਤੀ ਗੋਸ਼ਟੇ ਜੋ ਕਿ 900 ਲਾਭ ਅੱਧੀ ਤੋਂ ਅੱਧੀ 6 ਮਿੰਟ ਦੀ ਘੜੀ ਹੁਣ ਆਪਾਂ ਇੰਨਾ ਕੋਈ ਟਾਈਮ ਹੀ ਲਾਉਣਾ ਫਿਰ ਸੁਖਮਨੀ ਸਾਹਿਬ ਸ਼ੁਰੂ ਹੋ ਜਾਣਾ ਅੱਧੀ ਘੜੀ 12 ਮਿੰਟ ਦੀ ਅੱਧੀ ਤੋਂ ਅੱਧੀ 6 ਮਿੰਟਾਂ ਦੀ ਉਹਨਾਂ ਨੇ ਕਿਹਾ ਵੀ 6 ਕੁ ਮਿੰਟ ਵੀ ਤੁਸੀਂ ਗੋਸ਼ਟ ਕਰ ਲਵੋ ਭਗਤਾਂ ਨਾਲ ਉਹ ਲਾਭ ਹੀ ਲਾਭ ਹੈ ਗੋਸ਼ਟ ਇਸੇ ਨੂੰ ਕਹਿੰਦੇ ਆ ਜਿਹੜੀ ਵਿਚਾਰ ਕਰਨੀ ਸੰਗਤ ਦੇ ਨਾਲ ਵਿਚਾਰ ਕਰਨੀ ਸਾਧ ਸੰਗਤ ਨਾਲ ਇਹ ਭਗਤਨ ਸੇਤੀ ਗੋਸ਼ਟ ਜੋ ਕਿ 900 ਲਾਭ ਆਪਣੇ ਚੋਂ ਬਹੁਤ ਘੱਟ ਹੋਣਗੇ ਜਿਨ੍ਹਾਂ ਨੂੰ ਐਸਾ ਆਨੰਦਮਈ ਸੁਪਨਾ ਆਇਆ ਹੋਵੇ ਰਾਤ ਨੂੰ ਸੁੱਤੇ ਪਿਆਂ ਨੂੰ ਵੀ ਦਰਬਾਰ ਲੱਗਾ ਹੈ ਸੰਗਤਾਂ ਸਜੀਆਂ ਹੋਈਆਂ ਬੜੀ ਹੀ ਅਨੋਖੀ ਜਗ੍ਹਾ ਹੈ ਬੜਾ ਆਨੰਦ ਹੈ ਅਤੇ ਆਪਾਂ ਜ਼ਿੰਦਗੀ ਭਰ ਉਹ ਥੋੜ੍ਹੇ ਜਿਹੇ ਸੁਪਨੇ ਨੂੰ ਨਹੀਂ ਭੁੱਲਦੇ ਪਰ ਉਹ ਸੁਪਨਾ ਆਹ ਪ੍ਰਤੱਖ ਆਹ ਸੰਗਤ ਵਿੱਚ ਆਪਣਾ ਇਹ ਪ੍ਰਤੱਖ ਬੈਠੇ ਜੇ ਇਹੀ ਸੁਪਨਾ ਆਵੇ ਅਸੀਂ ਉਹਨੂੰ ਮੰਨਦੇ ਕਿ ਬੜੀ ਹੀ ਕਿਰਪਾ ਹੋਈ ਸਾਨੂੰ ਬੜਾ ਸੋਹਣਾ ਸੁਪਨਾ ਹੈ ਪਰ ਪ੍ਰਤੱਖ ਸੁਪਨਾ ਇੱਕ ਪ੍ਰਤੱਖ ਇੱਕ ਭਗਤਨ ਸੇਤੀ ਗੋਸ਼ਟ ਜੋ ਕਿ 900 ਲਾਭ ਸੰਗਤ ਨਾਲ ਬੈਠ ਕੇ ਕੀਰਤਨ ਕਰ ਲਈਏ ਸੰਗਤ ਨਾਲ ਸਾਧ ਸੰਗਤ ਨਾਲ ਬੈਠ ਕੇ ਸੁਖਮਨੀ ਸਾਹਿਬ ਪੜ੍ਹ ਲਈਏ ਸਾਧ ਸੰਗਤ ਨਾਲ ਬਹਿ ਕੇ ਕਥਾ ਕੀਰਤਨ ਸੁਣ ਲਈਏ ਅਤੇ ਵੱਡੇ ਪਾਕ ਨੇ ਦਰਸ਼ਨ ਹੀ ਕਰ ਲਈਏ ਇਹ ਗੁਰੂ ਨਾਨਕ ਸਾਹਿਬ ਦੀ ਨਿਰੰਕਾਰ ਦੀ ਅਕਾਲ ਪੁਰਖ ਦੀ ਸਾਧ ਸੰਗਤ ਹੈ ਨਾਨਕ ਗੁਪਤ ਵਰਤਦਾ ਪ੍ਰਗਟ ਸੰਤ ਜਣਾ ਪਰਮਾਤਮਾ ਗੁਪਤ ਵਰਤਦਾ ਅੱਜ ਅਸੀਂ ਕਿਸ ਮਹਾਂਪੁਰਸ਼ ਦੇ ਲੜ ਲੱਗੇ ਹਾਂ ਕਿਸ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੇ ਹਾਂ ਕਿਸ ਗੁਰੂ ਦੇ ਲੜ ਲੱਗੇ ਹਾਂ ਕਿਸ ਪਰਮਾਤਮਾ ਦੀ ਕਿਹਨੂੰ ਅਸੀਂ ਮੰਨਦੇ ਹਾਂ ਪਰ ਮਾਂ ਦੇ ਗਰਭ ਵਿੱਚ ਅਸੀਂ ਕਿਸੇ ਨੂੰ ਮੰਨਦੇ ਨਹੀਂ ਸੀ ਕਿਸੇ ਦੇ ਲੜ ਨਹੀਂ ਲੱਗੇ ਸੀ ਸਵਾਸ ਸਵਾਸ
ਸਿਮਰਨ ਚੱਲ ਰਿਹਾ ਸੀ ਤੇ ਪਰਮਾਤਮਾ ਪਾਲ ਰਿਹਾ ਸੀ, ਉਦੋਂ ਕੌਣ ਸੀ? ਤੇਰੇ ਪਿਛਲੇ ਜਨਮ ਵਿੱਚ ਤੈਨੂੰ ਸੰਭਾਲਣ ਵਾਲਾ ਕੌਣ ਸੀ? ਮਾਂ ਦੇ ਗਰਭ ਵਿੱਚ ਆਪਣ ਸਿਮਰਨ ਦੇ ਤੈ ਤੁਮ ਰੱਖਣ ਹਾਰੇ, ਤੁਸੀਂ ਮੈਨੂੰ ਜੀ ਮਾਂ ਦੇ ਗਰਭ ਵਿੱਚ ਆਪਦਾ ਸਿਮਰਨ ਦੇ ਕੇ ਮੇਰੀ ਰੱਖਿਆ ਕੀਤੀ ਸੀ। ਦੁਨੀਆਂ ਦੇ ਵਿੱਚ ਆ ਕੇ ਮਾਇਆ ਵਰਤ ਗਈ, ਮੈਂ ਤੁਹਾਨੂੰ ਭੁੱਲ ਗਿਆ, ਪਰ ਹੁਣ ਤੁਸੀਂ ਕਿਰਪਾ ਕਰੋ, ਜਿਵੇਂ ਮਾਂ ਦੇ ਗਰਭ ਵਿੱਚ ਆਪਦਾ ਸਿਮਰਨ ਆਪ ਦੇ ਕੇ ਮੇਰੀ ਰੱਖਿਆ ਕੀਤੀ ਕਿ ਜਠਰਾ ਅਗਨੀ ਦੇ ਸੜਨ ਤੋਂ ਮੈਨੂੰ ਬਚਾ ਰਿਹਾ। ਮਾਂ ਦੇ ਗਰਭ ਵਿੱਚ ਕੋਈ ਪਦਾਰਥ ਖੜਦਾ ਹੈ, ਗਲ ਜਾਂਦਾ ਹੈ। ਜਠਰਾ ਅਗਨੀ ਇਹ ਕਈ ਤਰ੍ਹਾਂ ਦੀ ਅਗਨੀ ਮੰਨੀ ਗਈ ਹੈ। ਇਹ ਜਠਰਾ ਅਗਨੀ ਸਭ ਤੋਂ ਤੇਜ਼ ਮੰਨੀ ਗਈ। ਉਹਦੇ ਵਿੱਚ ਬੰਦੇ ਦਾ ਪਾਲਣ ਪੋਸ਼ਣ ਹੁੰਦਾ ਹੈ, ਕਹਿੰਦੇ ਨਾਮ ਦੇ ਸਦਕਾ, ਸਿਮਰਨ ਦੇ ਸਦਕਾ। ਆ ਵੀ ਪਾਵਕ ਸਾਗਰ, ਆ ਵੀ ਅੱਗ ਦਾ ਸਾਗਰ ਹੈ, ਅੱਗ ਹੈ ਸਾਰੀ। ਕਲਯੁਗ ਰਤ ਅਗਣ ਕਾ ਪੂੜ ਅੱਗੇ ਰਥਵਾ, ਹਰ ਇੱਕ ਚੀਜ਼ ਅੱਗ ਦੀ, ਰੋਟੀ ਪਾਣੀ ਕੋਈ ਚੀਜ਼। ਪੱਖਾ ਵੀ ਚੱਲਦਾ ਤੇ ਅੱਗ 'ਤੇ ਚੱਲਦਾ, ਫਰਿੱਜ ਵੀ ਚੱਲਦੀ ਤੇ ਅੱਗ 'ਤੇ ਚੱਲਦੀ, ਠੰਡੀ ਹਵਾ ਦਿੰਦੀ ਬਿਜਲੀ 'ਤੇ। ਇਹ ਸੂਰਜ 'ਤੇ ਸੰਸਾਰ ਚੱਲ ਰਿਹਾ ਹੈ। ਇਹ ਕਲਯੁਗ ਦੇ ਰੱਥ ਅੱਗ ਦਾ ਹੈ ਅਤੇ ਝੂਠ ਚਲਾਉਣ ਵਾਲਾ। ਇਸ ਅੱਗ ਦੇ ਵਿੱਚੋਂ ਪਰਮਾਤਮਾ ਮੈਨੂੰ ਜਗਤ ਜਲੰਦਾ ਰੱਖ ਰਹੇ ਆਪਣੀ ਕਿਰਪਾ ਦਾ। ਉਹ ਮਾਂ ਦੇ ਗਰਭ ਵਿੱਚ ਰੱਖਣ ਵਾਲਾ ਉਹੀ ਤੈਨੂੰ ਜਨਮ ਤੋਂ ਚੰਗੇ ਚੰਗੇ ਵਿਚਾਰਾਂ 'ਤੇ ਲਾਉਣ ਵਾਲਾ, ਚੰਗਿਆਂ ਚੰਗਿਆਂ ਦੀ ਸੰਗਤ ਦੇਣ ਵਾਲਾ, ਉਸੇ ਨੇ ਤੈਨੂੰ ਗੁਰੂ ਦੇ ਲੜਦਾ ਆ। ਕਹਿੰਦੇ ਗੁਰੂ ਸਾਹਿਬ ਕਹਿੰਦੇ ਨਾਨਕ ਗੁਪਤ ਵਰਤਦਾ, ਪਰਮਾਤਮਾ ਗੁਪਤ ਵਰਤਦਾ ਏ ਪਰ ਪ੍ਰਗਟ ਹੁੰਦਾ ਸਾਧੂ ਦੇ ਵਿੱਚ ਨਹੀਂ, ਮਹਾਂਪੁਰਖ ਦੇ ਵਿੱਚ। ਸਾਡੇ ਗੁਰੂ ਮਹਾਂਪੁਰਖ ਰੂਪ ਆਏ ਸੰਸਾਰ 'ਚ। ਉਸ ਤੋਂ ਬਾਅਦ ਸਾਧੂਆਂ ਦੇ ਰੂਪ ਵਿੱਚ ਮਹਾਂਪੁਰਸ਼ ਆਏ, ਬਾਬਾ ਆਨੰਦ ਸਿੰਘ, ਬਾਬਾ ਈਸ਼ਰ ਸਿੰਘ ਪ੍ਰਗਟ, ਸੰਤ ਜਨਾ। ਨਾਨਕ ਗੁਪਤ ਵਰਤਦਾ, ਪਰਮਾਤਮਾ ਸਾਰੇ ਸੰਸਾਰ 'ਚ ਗੁਪਤ ਵਰਤ ਰਿਹਾ ਹੈ ਤੈਨੂੰ। ਇਹ ਜਨਮ ਦੇਣ ਵਾਲਾ, ਕਰਮ ਦੇਣ ਵਾਲਾ, ਸਵਾਸ ਦੇਣ ਵਾਲਾ, ਤੈਨੂੰ ਭਲੇ ਭਲੇ ਵਿਚਾਰ ਦੇਣ ਵਾਲਾ, ਭਲਿਆ ਪੁਰਸ਼ਾਂ ਨਾਲ ਤੇਰੇ ਸੰਯੋਗ ਜੋੜਨ ਵਾਲਾ, ਉਹ ਅਕਾਲ ਪੁਰਖ ਦੀ ਸ਼ਕਤੀ ਪਰਮਾਤਮਾ ਦੀ ਗੁਪਤ ਸਭ ਪਾਸੇ ਹੀ ਵਰਤ ਰਹੀ ਹੈ ਅਤੇ ਪ੍ਰਗਟ ਵਰਤ ਰਹੀ ਹੈ ਸੰਤਾਂ ਦੇ ਵਿੱਚ, ਮਹਾਂਪੁਰਖਾਂ ਦੇ ਵਿੱਚ। ਫਿਰ ਸਾਡੇ ਅੱਗੇ ਰੱਬ ਪਰਮਾਤਮਾ ਪ੍ਰਗਟ ਹੋ ਜਾਂਦਾ ਹੈ। ਜਿਸ ਗੁਰੂ ਨੂੰ, ਪਰਮਾਤਮਾ ਨੂੰ ਲਹਿਣਾ ਜੀ ਨੇ ਮੰਨਿਆ ਸੀ, ਕਿਤੇ ਦੇਵੀ ਦੀ ਸੰਗਤ ਕਰਦੇ ਸੀ, ਕਿਤੇ ਭਲੇ ਪੁਰਸ਼ਾਂ ਦੀ ਤਾਂਗ ਵਿੱਚ ਸੀ, ਲੱਭਦੇ ਸੀ, ਉਹਨਾਂ ਨੂੰ ਨਾਨਕ ਗੁਰੂ ਨਾਨਕ ਸਾਹਿਬ ਮਿਲੇ ਪ੍ਰਗਟ ਸੰਤ ਜਣਾ। ਰੱਬ ਪ੍ਰਗਟ ਗੁਰੂ ਨਾਨਕ ਸਾਹਿਬ ਦੇ ਵਿੱਚ ਦੀ ਹੋਇਆ। ਗੁਰੂ ਅਮਰਦਾਸ 60 ਸਾਲਾਂ ਤੋਂ ਤਲਾਸ਼ ਵਿੱਚ ਸੀ, ਉਹਨਾਂ ਦੇ ਲਈ ਪ੍ਰਗਟ ਗੁਰੂ ਅੰਗਦ ਸਾਹਿਬ ਦੇ ਵਿੱਚ ਹੋਇਆ, ਪਰਮਾਤਮਾ ਕਾਲ ਪੁਰਖ ਪਰ ਉਹਨਾਂ ਵਾਸਤੇ, ਸਾਰਿਆਂ ਵਾਸਤੇ ਥੋੜ੍ਹਾ। ਗੁਰੂ ਨਾਨਕ ਸਾਹਿਬ ਧਰਤੀ 'ਤੇ ਆਏ ਗੁਰਸਿੱਖਾਂ ਵਾਸਤੇ, ਗੁਰਸਿੱਖ ਮੰਨਦੇ ਆ ਕਿ ਸਾਡੇ ਗੁਰੂ ਨਾਨਕ ਸਾਹਿਬ ਪਰਮਾਤਮਾ ਕਾਲ ਪੁਰਖ ਨਿਰੰਕਾਰ। ਸਿੱਖ ਕਿਹੜੇ ਆ? ਜਿਹੜੇ ਜੁੜ ਗਏ, ਚਾਹੇ ਉਹ ਮੁਸਲਮਾਨ ਰਾਏ ਬੜਾਰ ਸੀ, ਚਾਹੇ ਭਾਈ ਮਰਦਾਨਾ, ਉਹ ਵੀ ਸਿੱਖ ਸੀ। ਸਿੱਖ ਜਿਹੜੇ ਗੁਰੂ ਸਾਹਿਬ ਦੀ ਸਿੱਖਿਆ ਧਾਰਨ ਕਰ ਲਈ, ਜਿਨ੍ਹਾਂ ਨੂੰ ਉਹਨਾਂ ਨੇ ਦਾਤਾਂ ਦੇਣੀਆਂ ਸੀ ਉਹਨਾਂ ਨੂੰ ਦਿੱਤਾ, ਕਿਣਕਾ ਕਿਣਕਾ ਸਾਧੂ ਸੰਸਾਰ ਦਾ ਭਲਾ ਕਰਦੇ ਨੇ,
ਕਿਨਕਾ ਕਿਨਕਾ ਦੇ ਕੇ ਨਾ ਸਾਧੂ ਜੀਵਾਂ ਦਾ ਉਧਾਰ ਕਰੀ ਜਾਂਦੇ ਨੇ ਕਿਨਕਾ ਕਿਨਕਾ ਦੇ ਕੇ ਨਾਮ ਦਾ ਸਾਧੂ ਜੀਵਾਂ ਦਾ ਉਧਾਰ ਕਰੀ ਜਾਂਦੇ ਨੇ ਕਿਨਕਾ ਕਿਨਕਾ ਦੇ ਕੇ ਨਾਮ ਦਾ ਸਾਧੂ ਜੀਵਾਂ ਸਾਹਿਬ ਦਾ ਕੋਟ ਆਣ ਕੋਟ ਸ਼ੁਕਰਾਨਾ ਹੈ ਕਿ ਕੋਰ ਕਲਯੁਗ ਦੇ ਵਿੱਚ ਸਾਨੂੰ ਠੰਡਾ ਨਾਮ ਸਾਈਂ ਦਾ ਮਿਲਿਆ ਹੈ, ਸੰਗਤ ਮਿਲੀ ਹੈ, ਸ਼ੁਕਰਾਨਾ ਹੈ। ਕਲ ਤਾਤੀ ਠੰਡਾ ਹਰ ਨਾਮ, ਸਿਮਰ ਸਿਮਰ ਸਦਾ ਸੁਖ ਪਾਓ। ਹੁਣ ਸੰਗਤਾਂ 'ਚ ਪ੍ਰਸ਼ਾਦ ਵੰਡਦਿਆਂ ਜੇ ਹੁਕਮਨਾਮਾ ਹੋਏਗਾ ਅਤੇ ਨਾਲ ਹੀ ਪਾਠ ਸ਼ੁਰੂ। ਭਗਤਨ ਸੇਤੀ ਗੋਸ਼ਟੇ ਜੋ ਕਿੰਨੋ ਸੋ ਲਾਭ, ਇੱਕ ਘੜੀ ਆਧੀ ਘੜੀ ਅੱਧੀ ਹੂੰ ਤਿਆਰ। ਕਹਿੰਦੇ ਅੱਧੀ ਤੋਂ ਅੱਧੀ ਛੇ ਮਿੰਟ, ਛੇ ਮਿੰਟ ਦੇ ਬਾਰਾਂ ਮਿੰਟ ਵਧਾ ਦੇ। ਬਾਬਾ ਜੀ ਕਹਿੰਦੇ ਸੀ ਬਾਰਾਂ ਮਿੰਟ ਤੋਂ ਚੌਵੀ ਮਿੰਟ ਕਰ ਦੇ, ਇਹਨੂੰ ਵਧਾਈ ਜਾ, ਹੋਰ ਅੱਧੀ ਵਿੱਚ ਪਾਲਾ, ਹੋਰ ਅੱਧੀ ਵਿੱਚ ਪਾਲਾ, ਘਾਟੇ 'ਚ ਨਾ ਜਾ, ਵਾਧੇ ਵਿੱਚ ਜਾਵੀਂ। ਕਿ ਤੇਰੀ ਇਹ ਸੰਗਤ ਸਾਧ ਸੰਗਤ ਦੇ ਵਾਸਵੇ ਕਰਮਲ ਸਭ ਨਸਵਾ, ਇਹਦੇ ਵਿੱਚ ਵਾਸਾ ਕਰਨ ਨਾਲ ਸਾਰੇ ਗੰਦੇ ਕੰਮ, ਖੋਟੇ ਕਰਮ, ਬੁਰਿਆਈਆਂ ਸਾਰੀਆਂ ਭੱਜ ਕੇ ਨਿਕਲਦੀਆਂ ਨੇ, ਨਸ ਜਾਂਦੀਆਂ। ਹਰ ਜਸ ਗਾਇਓ ਸੰਤ ਜਨਾ ਮਿਲ। Please subscribe to our YouTube channel Sri Pujo Sahib to get more updates and new videos of Sant Baba Sukhdev Singh Ji Dera Rumi Pujo.